4 महीने हो गए ਜਿਵੇਂ ਕਿ ਤਿਉਹਾਰ ਆ ਰਿਹਾ ਹੈ ਜੇਕਰ ਤਨਖਾਹ ਨਹੀਂ ਮਿਲਦੀ ਗਈ ਤੇ ਤਿਉਹਾਰ ਕਿਸ ਤਰ੍ਹਾਂ ਦੇ ਬੱਚਿਆਂ ਦੇ ਮਨਾਉਂਦੇ ਤੇ ਸਰ ਹੁਣ ਮੇਰੇ ਤਾਂ ਫੇਰ ਹੀ ਅਸੀਂ ਮਨਾ ਕੇ ਦੀਵਾਲੀ ਕਿ ਸਾਨੂੰ ਕੋਈ ਹੈ ਹੀ ਨਹੀਂ ਸਾਡੇ ਕੋਲ ਕੁਛ ਕੀ ਕੰਮ ਕੀ ਕਰਦੇ ਸਰ ਸ਼ਕਾਲ ਜੀ ਕਰਦੇ ਕੰਮ ਨਹੀਂ ਕਿ ਜਵਾਕਾਂ ਨੂੰ ਕੀ ਦੇਖਿਆ ਅਸੀਂ ਨਿੱਕੇ ਨਿੱਕੇ ਜਵਾਕ ਸਾਡੇ ਪੀਪੇ ਜਾਤਾ ਮੁੱਕਿਆ ਪਿਆ ਸਾਡੇ सब तो पहला मिमट मलोट समूह परिवार वालों मेरी सारे सत श्रीकाल ते मैं सारे परिवार वालों तुहाडा धन्नवाद करदा। मेरा नाम कुलवीर सिंह है, मैं मिमट मलोट दे विच ऐसे असिस्टेंट प्रोफेसर पिछले 11 साल तो इत्थे जॉब कर रहा। मिमट मलोट संस्था की एक 1998 तो चल रही है। इस इलाके दे विच बड़े समय तो बहुत वधिया तरीके नाल इलाके दे बच्चियां नू इलाके दे विकास लई बहुत वधिया सेवावां निभा रही है। पर पिछले कुछ समय तो संस्था दे विच कुछ वित्तीय हालातों नू देखदे हुए पंजाब गवर्नमेंट ने दसंबर 2020 दे विच जिसे मौजूदा फाइनेंस मिनिस्टर पंजाब एंड उस समय दे टैक्नीकल मिनिस्टर सरदार चरणजीत सिंह चन्नी दी रहनुमाई दी मीटिंग दे विच एक मीटिंग हुई सी जिस दे विच उन्होंने एक फैसला लिया सी जिस दे विच मिमट मलोट नू 5 करोड़ दी सालाना ग्रांट एंड इस दे नाल ही शहीद भगत सिंह कॉलेज फिरोजपुर ते बेंत कॉलेज गुरदासपुर नू 15-15 करोड़ दी ग्रांट दित्ती गई। देखो जी, पंजाब सरकार दा सानू नहीं समझ आ रहा, शुरू तो ही साडे नाल एक अलग तरीके का व्यवहार चल रहा है। दूजे दोनों कॉलेजेस नू 15-15 करोड़ ते मिमट नू 5 करोड़ ही पास किया। पर उस तो बाद भी साडी हैरानी वाली गल ਇਹ ਹੋਈ ਕਿ ਉਹਨਾਂ ਦੋਨੋਂ ਸੰਸਥਾਵਾਂ ਨੂੰ 15 ਕਰੋੜ ਦੀ ਪਹਿਲੀ ਕਿਸ਼ਤ ਸਰਕਾਰ ਨੇ ਅੱਜ ਤੋਂ 3 ਮਹੀਨੇ ਪਹਿਲਾਂ ਜਾਰੀ ਕਰਤੀ ਹੈ, ਜੋ ਲਗਭਗ 4.5 ਕਰੋੜ ਦੀ ਹੈ। ਪਰ ਮਿਮਟ ਮਲੋਟ ਨੂੰ ਹਾਲੇ ਤੱਕ 1 ਰੁਪਇਆ ਵੀ ਐਸੇ ਗ੍ਰਾਂਟ ਜੋ ਡਿਵੈਲਪਮੈਂਟ ਫੰਡ ਜੋ ਸਾਨੂੰ ਦੇਣਾ ਸੀਗਾ, ਸਾਡੀਆਂ ਤਨਖਾਹਾਂ ਲਈ ਜੋ ਫੰਡ ਦੇਣੇ ਸਰਕਾਰ ਨੇ, ਉਸਦਾ 1 ਰੁਪਇਆ ਵੀ ਜਾਰੀ ਨਹੀਂ ਹੋਇਆ। ਅਸੀਂ ਵਾਰ ਵਾਰ ਇਹ ਮੰਗ ਉਠਾਈ ਇਲਾਕੇ ਦੇ MLA ਸਾਹਿਬਾਨ ਕੋਲ, ਫਾਈਨੈਂਸ ਮਿਨਿਸਟਰ ਸਾਹਿਬ ਕੋਲ, ਸਰਦਾਰ ਚਰਨਜੀਤ ਸਿੰਘ ਚੰਨੀ ਜੋ ਹੁਣ ਮੌਜੂਦਾ CM ਨੇ, ਉਹਨਾਂ ਕੋਲ ਵੀ ਅਸੀਂ ਆਪਣੀ ਆਵਾਜ਼ ਉਠਾਈ, ਪਰ ਕਿਸੇ ਵੱਲੋਂ ਵੀ ਹਜੇ ਤੱਕ ਸਾਨੂੰ ਇੱਕ ਭਰੋਸਾ ਇੱਕ ਦਿਲਾਸਾ ਹੀ ਮਿਲਿਆ, ਪਰ ਲਿਖਤੀ ਰੂਪ ਦੇ ਵਿੱਚ ਜਾਂ ਸਾਡੇ ਖਜ਼ਾਨੇ ਦੇ ਵਿੱਚ ਕੋਈ 1 ਪੈਸਾ ਵੀ ਨਹੀਂ ਆਇਆ। ਇਸੇ ਕਾਰਨ ਅਸੀਂ ਮਜਬੂਰ ਹੋ ਕੇ ਪਿਛਲੇ ਲਗਭਗ 1 ਮਹੀਨੇ ਤੋਂ ਅੱਜ ਉੱਪਰ ਹੋ ਗਿਆ ਸਮਾਂ ਅਸੀਂ ਇੱਕ ਧਰਨੇ ਦੇ ਉੱਪਰ ਬੈਠੇ ਹਾਂ ਐਂਡ ਸਾਨੂੰ ਇੱਥੇ ਵੀ ਬਹੁਤ ਦੁੱਖ ਹੋ ਰਿਹਾ ਕਿ ਇਸ 1 ਮਹੀਨੇ ਦੌਰਾਨ ਨਾ ਹੀ ਤਾਂ ਮੌਜੂਦਾ MLA ਮਲੋਟ ਜਾਂ ਹੋਰ ਕਿਸੇ ਵੀ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਗਈ ਹੈ, ਨਾ ਹੀ ਸਾਡਾ ਕੋਈ ਫਾਈਲ ਦਾ ਕੋਈ ਕੰਮ ਹੋਇਆ ਤੇ ਨਾ ਹੀ ਕੋਈ ਆ ਕੇ ਸਾਨੂੰ ਇੱਥੇ ਕੋਈ ਭਰੋਸਾ ਦੇ ਕੇ ਗਿਆ ਜੀ। ਹਾਂਜੀ, ਕੀ ਤੁਹਾਡਾ ਨਾਮ ਹੈਗਾ, ਕੀ ਕਹਿਣਾ ਚਾਹੋਗੇ ਵੀ ਜਿਹੜਾ ਲੰਮੇ ਸਮੇਂ ਤੋਂ ਮਹੀਨਾ ਉੱਪਰ ਹੋ ਚੁੱਕਾ ਸਾਨੂੰ ਧਰਨੇ ਤੇ ਬੈਠੇ ਨੂੰ ਕੀ ਧਰਨੇ ਦਾ ਕੀ ਕਿਸ ਤਰ੍ਹਾਂ ਦੀ ਸੁਣਵਾਈ ਹੋ ਰਹੀ ਹੈ? ਸੁਣਵਾਈ ਜੀ, ਜਿਸ ਤਰ੍ਹਾਂ ਪਹਿਲਾਂ ਦੱਸਿਆ ਜੀ ਕੁਲਵੀਰ ਸਿੰਘ ਜੀ ਨੇ, ਸਾਡੀ ਕੋਈ ਸੁਣਵਾਈ ਹਜੇ ਤੱਕ ਨਹੀਂ ਸੁਣਿਆ ਜੀ, ਨਾ ਤਾਂ ਲੋਕਲ ਪ੍ਰਸ਼ਾਸਨ ਦੇ ਆਏ। ਤੇ ਸਾਨੂੰ ਇਹ ਦੱਸਦੇ ਹੋਏ ਵੀ ਬੜੀ ਹੈਰਾਨੀ ਹੁੰਦੀ ਹੈ ਕਿ ਮੌਜੂਦਾ ਜਿਵੇਂ MLA ਸਾਹਿਬ ਹੈ ਤੇ ਨਾਲੇ ਡਿਪਟੀ ਸਪੀਕਰ ਸਾਹਿਬ ਹੈਗੇ ਤੇ ਉਹ ਵੀ ਨਹੀਂ, ਉਹਨਾਂ ਦਾ ਨਾ ਕੋਈ ਨੁਮਾਇੰਦਾ ਆਇਆ ਸਾਡੇ ਕੋਲ, ਨਾ ਹਜੇ ਕੋਈ ਵੀ ਗੱਲ ਨਹੀਂ ਹੋਈ ਜੀ। ਸਾਨੂੰ ਜਿੱਥੇ ਇਸ ਸੰਸਥਾ ਦੇ ਨਾਲ 200 ਜੋ ਫੈਮਿਲੀਜ਼ ਆ ਉਹ ਡਾਇਰੈਕਟਲੀ ਜੁੜੀਆਂ, ਜਿਹੜੇ ਕਿ ਪੜ੍ਹਾਉਂਦੇ ਆ ਜਾਂ ਇੱਥੇ ਆਪਣੇ ਕਰਮਚਾਰੀ ਕੰਮ ਕਰਦੇ ਆ, ਤੇ ਨਾਲ ਹੀ ਇੱਥੇ ਕੁਝ ਸਾਡੇ ਜੋ ਇੰਪਲਾਈਜ਼ ਹੈ ਉਹਨਾਂ 'ਚੋਂ 15 ਤਾਂ ਵਿਡੋ ਹੈ, ਜਿਨ੍ਹਾਂ ਦਾ ਗੁਜ਼ਾਰਾ ਹੀ ਸਿਰਫ ਤੇ ਸਿਰਫ ਇਸ ਸੰਸਥਾ ਦੇ ਨਾਲ ਚੱਲਦਾ। ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਚੁੱਕੀ ਹੈਗੀ, ਕਿਉਂਕਿ ਹਰ ਕਿਸੇ ਦਾ ਕਿਉਂਕਿ ਜਦੋਂ ਰੁਜ਼ਗਾਰ ਤੋਂ ਤੁਹਾਨੂੰ ਤਨਖਾਹ ਹੀ ਨਹੀਂ ਮਿਲ ਰਹੀ ਤਾਂ ਤੁਸੀਂ ਆਪਣੇ ਘਰ ਦਾ ਕਿਵੇਂ ਗੁਜ਼ਾਰਾ ਚਲਾਓਗੇ। ਦੂਜੀ ਰਹੀ ਗੱਲ ਇਹ ਹੈ ਜੀ ਵੀ ਇਹ ਉਹ ਸੰਸਥਾ ਹੈ ਜਿੱਥੋਂ ਜਿਹੜੀ ਕਿ 1998 ਤੋਂ ਲਗਾਤਾਰ ਇਸ ਇਲਾਕੇ ਦੀ ਨਹੀਂ ਪੂਰੇ ਭਾਰਤ ਦੇ ਵਿਦਿਆਰਥੀਆਂ ਨੂੰ ਇੱਥੋਂ ਉੱਚ ਸਿੱਖਿਆ ਦੇ ਕੇ, ਖਾਸ ਕਰਕੇ ਟੈਕਨੀਕਲ ਐਜੂਕੇਸ਼ਨ, ਕਿਉਂਕਿ ਆਪਾਂ ਪੂਰੀ ਦੁਨੀਆ ਦੇ ਵਿੱਚ ਜੇਕਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਉਹ ਤਕਨੀਕੀ ਸਿੱਖਿਆ ਨੂੰ ਪਹਿਲ ਦਿੱਤੀ ਜਾਂਦੀ ਹੈ, ਪਰ ਇਹ ਮਾੜੀ ਜਿਹੜੀ ਨੀਤੀ ਹੈ ਕਿ ਇਹ ਟੈਕਨੀਕਲ ਐਜੂਕੇਸ਼ਨ ਜੋ ਦਿੱਤੀ ਜਾ ਰਹੀ ਹੈ ਜੋ ਬਹੁਤ ਵਧੀਆ ਤਰੀਕੇ ਦੇ ਨਾਲ, ਔਰ ਗਰੀਬ ਬੱਚਿਆਂ ਨੂੰ, ਕਿਉਂਕਿ ਇੱਥੇ ਜਿਹੜੇ SC ਕੈਟਾਗਰੀ ਦੇ ਵਿਦਿਆਰਥੀ ਹੈ ਜਾਂ ਇਸ ਇਲਾਕੇ ਦੇ ਨਾਲ ਸੰਬੰਧਿਤ
गरीब परिवारों के बच्चे है वो साढ़े को आके फ्री पढ़ते हैं तो अच्छी अच्छी कंपनियों से नौकरियां लेंगे पर सानू ये दुख है जी जिहड़ी है भी सानू खुद नू तनखाह नहीं मिल रही उन्हां बच्चों की सानू बहुत ज़्यादा खुशी है कि वह बच्चे इस संस्था तो पढ़ के चंगी चंगी कंपनियों से जा रहे हैं तो नाल ही मैं इतने दसना चाहना कि पंजाब सरकार हमेशा जे कोई भी नौकरी मेला लगाउंदी है तां उहदे विच हमेशा ते हमेशा मिमड़ मलोट नूं चुनिया जांदा पर की कारण की हैगा जिहड़ा मुख्यमंत्री पंजाब दे जिहड़े हैगा इस दे विच मिनिस्टर भी रह चुके हैगे आ इस टेक्निकल दे पर हुण जिहड़ा मुख्यमंत्री होण दे बावजूद भी क्यों वितकरा कर रहे वितकरा तां सानूं तां इह जी साडे कोले तां उहनां दे जो डीओ लैटरस है मानयोग चरणजीत सिंह चन्नी जी जो साढ़े मानयोग मुख्यमंत्री साहब ने उस समय वह टैक्नीकल मिनिस्टर सके जी उन्होंने हाथ लिखता साढ़े को देख सकते हो तुम उन्होंने आपदे टैक्नीकल एजुकेशन मिनिस्टर होंदे हुए उन्होंने जो लिखिया मानयोग फाइनांस मिनिस्टर साहब नू हजे तक साढ़े कोई ग्रांट नहीं है जी ये हूँ तो उ दस सकते हैं भी उन्होंने मन च की है हो सकता है भी वो साड़ी आवाज़ नहीं उन्होंने तक पहुँची जेकर नहीं पहुँची असी फिर असी हाथ जोड़ के बेनती करते हैं पूरे परिवारों वालों स्टूडेंटा वालों भी क्योंकि स्टूडेंट्स भी साड़ी एक आने वाली जनरेशन का साडा आने वाला सरमाया है असी इस तकनीकी संस्था नूं बचाइए ता जो साडे जिहड़े विद्यार्थी है वह चंगे उच्च कोटी की विद्या लैके टैक्नीकल एजुकेशन लैके अपना पंजाब का ते आने वाली पीढ़ियां नूं सवार सकन ਮੈਡਮ ਕੀ ਕਹਿਣਾ ਚਾਹੋਗੇ ਵੀ ਇੱਕ ਮਹੀਨਾ ਤੋਂ ਉੱਪਰ ਹੋ ਚੁੱਕਾ ਹੈਗਾ ਤੁਸੀਂ ਧਰਨੇ ਤੋਂ ਬੈਠੇ ਹੈਗੇ ਆ ਲਗਾਤਾਰ ਧਰਨਾ ਕੀ ਮੰਗ ਕੀ ਹੈਗੀ ਹੈ ਤੁਹਾਡੀ ਧਰਨੇ ਦੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਨਜੋਤ ਕੌਰ ਹੈ ਅਤੇ ਮੈਂ ਇੱਥੇ ਸੀ ਐੱਸ ਸੀ ਡਿਪਾਰਟਮੈਂਟ ਵਿੱਚ ਐਜ਼ ਐਨ ਅਸਿਸਟੈਂਟ ਪ੍ਰੋਫੈਸਰ ਅਪੋਸਤੇ ਹਾਂ ਵੈ ਸਾਡੀ ਜਿਹੜੀ ਮੰਗ ਹੈ ਅਸੀਂ ਸਾਨੂੰ ਇੱਕ ਮਹੀਨਾ ਹੋ ਗਿਆ 22 ਤਰੀਕ ਨੂੰ ਸਾਡੀ ਮੰਗ ਇਹੀ ਹੈ ਕਿ ਸਾਨੂੰ ਜਿਹੜੀਆਂ ਸਾਡੀਆਂ ਸੈਲਰੀਜ਼ ਨੇ ਉਹ ਟਾਈਮ 'ਤੇ ਮਿਲਣ ਕਿਉਂਕਿ ਇੱਕ ਮਹੀਨੇ ਬਾਅਦ ਦੋ ਮਹੀਨੇ ਬਾਅਦ ਤਿੰਨ ਮਹੀਨੇ ਬਾਅਦ ਜਦੋਂ ਮਿਲਦੀਆਂ ਨੇ ਤਾਂ ਸਾਡਾ ਸਾਰਾ ਜਿਹੜਾ ਢਾਂਚਾ ਉਹ ਡਾਵਾਂਡੋਲ ਹੋ ਜਾਂਦਾ ਕਈ ਫੈਮਲੀਜ਼ ਇੱਥੇ ਇਦਾਂ ਦੀਆਂ ਵੀ ਨੇ ਜਿਹੜੀਆਂ ਸਿਰਫ ਸਿੰਗਲ ਅਰਨਿੰਗ ਹੈਂਡਸ ਨੇ ਸਾਡੇ ਜਿਹੜੇ ਕਾਲਜ ਵਿੱਚ 200 ਤੋਂ ਜ਼ਿਆਦਾ ਪਰਸਨ ਜਿਹੜੇ ਕੰਮ ਕਰਦੇ ਆ ਅਤੇ ਜਿਨ੍ਹਾਂ ਵਿੱਚੋਂ 15 ਲੇਡੀਜ਼ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਵਿਧਵਾ ਨੇ ਅਤੇ ਉਹਨਾਂ ਦਾ ਇੱਥੋਂ ਹੀ ਸਾਰਾ ਸਰਬਸਰ ਹੋ ਰਿਹਾ ਜੋ ਵੀ ਉਹ ਆਪਣਾ ਘਰ ਗੁਜ਼ਾਰਾ ਕਰ ਰਹੀਆਂ ਨੇ ਉਹ ਇੱਥੋਂ ਹੀ ਹੈ ਅਤੇ 3 ਮਹੀਨੇ 4 ਮਹੀਨੇ ਸੈਲਰੀ ਨਹੀਂ ਮਿਲੇਗੀ ਉਹ ਕੀ ਕਰਨਗੀਆਂ ਕਿੱਥੋਂ ਖਾਣਗੇ ਉਹ ਕਿੱਥੇ ਆਪਣੇ ਬੱਚਿਆਂ ਨੂੰ ਪਾਲਣਗੇ ਅਤੇ ਸਾਡਾ ਮੇਨ ਮੋਟਿਵ ਤਾਂ ਸਿਰਫ ਇਹੀ ਹੈ ਕਿ ਸਾਨੂੰ ਜਿਹੜੀਆਂ ਸਾਡੀਆਂ ਸੈਲਰੀਜ਼ ਨੇ ਉਹ ਸਮੇਂ ਸਿਰ ਮਿਲਦੀਆਂ ਰਹਿਣ ਕੀ ਕਾਰਨ ਕੀ ਹੈਗਾ ਜਿਹੜੀ ਪੰਜਾਬ ਸਰਕਾਰ ਹੈ ਕਿਉਂ ਵਿਤਕਰਾ ਕਰ ਰਹੀ ਹੈ ਇਸ ਕਾਲਜ ਨਾਲ ਸਰ ਵਿਤਕਰਾ ਤਾਂ ਸਾਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਕਿਉਂ ਕਰ ਰਹੀ ਹੈ ਕਿਉਂਕਿ ਸਾਡੀ ਵੀ ਅਪਰੂਵ ਹੋਈ ਹੈ ਗ੍ਰਾਂਟ 5 ਕਰੋੜ ਦੀ ਬਾਕੀ ਦੋਨੋਂ ਕਾਲਜਿਸ ਜਿਹੜੇ ਬੇਅੰਤ ਕਾਲਜ ਹੈ ਜਾਂ SBS ਗੁਰਦਾਸ ਫਿਰੋਜ਼ਪੁਰ ਹੈ ਉਹਨਾਂ ਦੀਆਂ ਵੀ ਅਪਰੂਵ ਹੋ ਕੇ ਉਹਨਾਂ ਨੂੰ ਮਿਲ ਵੀ ਗਈ ਹੈ ਬਟ ਸਾਡੀ ਸਾਨੂੰ ਸਿਰਫ ਇਹੀ ਲਾਰਾ ਲਾਇਆ ਜਾਂਦਾ ਕਿ ਤੁਹਾਨੂੰ ਅਸੀਂ ਗ੍ਰਾਂਟ ਦੇਵਾਂਗੇ ਦੇ ਦਿੱਤੀ ਹੈ ਜਾਂ ਕੁਛ ਵੀ ਕਰ ਦਿੱਤਾ ਬਟ ਸਾਡੇ ਕੋਲ ਹਾਲੇ ਤੱਕ ਕੁਛ ਵੀ ਰਿਟਨ ਵਿੱਚ ਸਾਡੇ ਕੋਲ ਨਹੀਂ ਆਇਆ ਬੇਸ਼ੱਕ ਇਸ ਹਲਕੇ ਦੀ ਕਮਾਂਡ ਜਿਹੜੇ ਡਿਪਟੀ ਸਪੀਕਰ ਸੰਭਾਲ ਰਹੇ ਹੈਗੇ ਕਿ ਡਿਪਟੀ ਸਪੀਕਰ ਨੇ ਪਹੁੰਚ ਕੀਤੀ ਹੈਗੀ ਤੁਹਾਡੇ ਤੱਕ ਈਵਨ ਅਸੀਂ ਉਹਨਾਂ ਕੋਲ ਵੀ ਜਾ ਕੇ ਰਿਕੁਐਸਟ ਕੀਤੀ ਹੈ ਕਿ ਸਰ ਸਾਡਾ ਇਹ ਕੰਮ ਕਰਵਾਓ ਕਿਉਂਕਿ ਇਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ 2003 ਤੱਕ ਸਾਡੇ ਕਾਲਜ ਨੂੰ ਪ੍ਰੋਪਰ ਗ੍ਰਾਂਟ ਆਉਂਦੀ ਰਹੀ ਹੈ ਸਰਕਾਰ ਵੱਲੋਂ ਬਟ ਉਸ ਤੋਂ ਬਾਅਦ ਸਰਕਾਰ ਨੂੰ ਇਹ ਲੱਗਿਆ ਕਿ ਸਾਡਾ ਜਿਹੜਾ ਵਿੱਤੀ ਹਾਲਤ ਹੈ ਸਾਡੀ ਜਿਹੜੀ ਕੰਡੀਸ਼ਨ ਆ ਉਹ ਸਹੀ ਹੈ ਕਿਉਂਕਿ ਸਾਡੀ ਐਡਮਿਸ਼ਨ ਵੀ ਕਾਫੀ ਸੀ ਅਤੇ ਸਾਡੇ ਬੱਚੇ ਕਾਫੀ ਇੱਥੇ ਆਉਂਦੇ ਸੀ ਅਤੇ ਸਾਡਾ ਇੱਕ ਕੰਡੀਸ਼ਨ ਸਾਡੀਆਂ ਫੁੱਲਫਿਲ ਹੋ ਰਹੀਆਂ ਸੀ ਬਟ 2014-15 ਤੋਂ ਲੈ ਕੇ ਸਾਡੀ ਜਿਹੜੀ ਹਾਲਤ ਆ ਉਹ ਥੋੜ੍ਹੀ ਐਡਮਿਸ਼ਨਸ ਘੱਟ ਕਰਕੇ ਥੋੜ੍ਹਾ ਹੋ ਗਿਆ ਅਤੇ ਸਾਨੂੰ ਹੁਣ ਸੈਲਰੀਜ਼ ਦਾ ਥੋੜ੍ਹੀ ਪ੍ਰੋਬਲਮ ਆ ਰਹੀ ਹੈ ਹੁਣ ਅਗਰ ਤੁਸੀਂ ਸਰਕਾਰ ਇਹ ਕਰੀਏ ਕਿ ਤੁਹਾਡੇ ਨਵੇਂ ਕਾਲਜਿਸ ਤਾਂ ਖੋਲ੍ਹ ਰਹੀ ਹੈ ਇੱਕ ਇੱਧਰ ਖੋਲ੍ਹਤਾ ਉੱਧਰ ਖੋਲ੍ਹਤਾ ਬਟ ਜਿਹੜੇ ਪੁਰਾਣੇ ਕਾਲਜਿਸ ਹੈ ਹੁਣ 23 ਸਾਲ ਇਹਨੂੰ ਹੋ ਗਿਆ ਤੁਸੀਂ ਇਹਦੀ ਦੇਖਰੇਖ ਨਹੀਂ ਕਰ ਸਕਦੇ ਤੁਸੀਂ ਨਵੇਂ ਕਾਲਜਿਸ ਨੂੰ ਕਿੱਦਾਂ ਅਡੋਪਟ ਕਰ ਸਕਦੇ ਇਹਨੂੰ ਤੁਸੀਂ ਅਪਰੂਵ ਕਰੋ ਜੋ ਵੀ ਇਹਨੂੰ ਚਾਹੀਦਾ ਗ੍ਰਾਂਟ ਇਹਦੀ ਰਿਕੁਆਇਰਡ ਹੈ ਉਹ ਤੁਸੀਂ ਇਹਨੂੰ ਦਿਓ ਤਾਂ ਕਿ ਤੁਸੀਂ ਪੁਰਾਣਿਆਂ ਨੂੰ ਸੰਭਾਲੋ ਪਹਿਲਾਂ ਨਵਿਆਂ ਦੇ ਤਾਂ ਬਾਅਦ ਵਿੱਚ ਦੇਖਾਂਗੇ ਉਹ ਹੋ ਹੀ ਜਾਏਗਾ ਐਟਲੀਸਟ ਤੁਸੀਂ ਜਿਹੜੇ ਪੁਰਾਣੇ ਇੱਥੇ ਸਟੂਡੈਂਟ 1150 ਤੋਂ ਜ਼ਿਆਦਾ ਨੇ 1150 ਸਟੂਡੈਂਟ ਕਿੱਥੇ ਜਾਣਗੇ ਇੱਥੇ ਹੁਣ ਅਸੀਂ ਧਰਨੇ 'ਤੇ ਬੈਠੇ ਹੋਏ ਹਾਂ ਸਟੂਡੈਂਟਸ ਦਾ ਹੁਣ ਨੁਕਸਾਨ ਤਾਂ ਹੋ ਹੀ ਰਿਹਾ ਇਹ ਤਾਂ ਹੈ ਨਹੀਂ ਕਿ ਉਹਨਾਂ ਦੀ ਕਲਾਸਿਸ ਮਿਸ ਹੋ ਰਹੀਆਂ ਨੇ 2 ਤੋਂ ਲੈ ਕੇ ਅਸੀਂ 5 ਵਜੇ ਤੱਕ ਇੱਥੇ ਧਰਨੇ 'ਤੇ ਬੈਠੇ ਹਾਂ ਬਟ ਉਹਨਾਂ ਕਲਾਸਿਸ ਦਾ ਸਫ਼ਰ ਹੋ ਰਹੀਆਂ ਉਹਨਾਂ ਦੀਆਂ ਇਹ ਚੀਜ਼ ਨੂੰ ਅਸੀਂ ਕਿੱਥੋਂ ਭਰਪਾਈ ਕਰਾਂਗੇ ਇਹ ਨਹੀਂ ਹੋ ਸਕਦਾ ਹੈ ਇਹ ਗ੍ਰਾਂਟ ਸਰਕਾਰ ਨੂੰ ਅਸੀਂ ਰਿਕੁਐਸਟ ਕਰ ਰਹੇ ਹਾਂ ਬਾਰ ਬਾਰ FM ਨੂੰ ਵੀ ਅਪਲਾਈ ਰਿਕੁਐਸਟ ਕੀਤੀ ਹੈ ਈਵਨ MLA ਸਾਡੇ ਜਿਹੜੇ ਮਲੋਟ ਦੇ ਨੇ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਹੈ ਬਟ ਹਾਲੇ ਤੱਕ ਸਾਨੂੰ ਕੋਈ ਵੀ ਇਹਦਾ ਰਿਸਪੋਂਸ ਨਹੀਂ ਮਿਲਿਆ